ਤੁਹਾਡਾ ਨਾਮ ਕੀ ਹੈ ਤੇ ਕੀ ਮੈਟਰ ਕੀ ਹੋਇਆ ਜਿਹੜਾ ਭਾਸਿੰਗਪੁਰ ਦੇ ਵਿੱਚ ਹੋਇਆ? ਦੇਖੋ ਮੇਰਾ ਨਾਮ ਹਰਮੇਸ਼ ਕੌਰ ਆ। ਇਹ ਜਿਹੜਾ ਮੈਟਰ ਹੋਇਆ ਆ ਇਹ ਕੋਈ ਲੜਾਈ ਝਗੜੇ ਦਾ ਕਤਲ ਦਾ ਕੇਸ ਕੋਈ ਹੋਇਆ ਆ ਨਾ, ਉਹਦੇ ਨਾਲ ਇਹ ਆ ਕਿ ਉੱਥੇ ਮੇਰੇ ਘਰ ਵਾਲਾ ਉਸ ਵੇਲੇ ਨਹੀਂ ਸੀਗਾ, ਜਿਹੜਾ ਉਹਦੇ ਤੇ ਨਜਾਇਜ਼ ਇਹਨਾਂ ਨੇ ਪੁਲਿਸ ਵਾਲਿਆਂ ਨੇ ਧੱਕੇ ਨਾਲ ਇਹ ਕੇਸ ਪਾ ਦਿੱਤਾ ਆ। ਮੇਰੇ ਘਰ ਵਾਲੇ ਦਾ ਨਾਂ ਪਵਨ ਕੁਮਾਰ ਮੋਮੀ ਆ, ਉਹ ਆਪਣੀ ਬੇਟੀ ਨੂੰ ਇੰਸਟੀਟਿਊਸ਼ਨ ਤੋਂ ਲਿਆ ਕੇ ਘਰ ਲੈ ਕੇ ਆਇਆ ਕੋਈ 5:15 ਦੇ ਕਰੀਬ, ਠੀਕ ਆ। ਜਦੋਂ ਇਹ ਕੋਈ ਲੜਾਈ ਝਗੜਾ ਹੋਇਆ ਉੱਥੇ ਮੇਰੇ ਘਰ ਵਾਲਾ ਨਹੀਂ ਸੀਗਾ ਉਸ ਵੇਲੇ ਹਾਜ਼ਰ, ਉਹ ਮੇਰੇ ਕੋਲ ਸੀ ਘਰ ਦੇ ਵਿੱਚ। ਇਹ ਪੁਲਿਸ ਵਾਲਿਆਂ ਨੇ ਬੰਟੀ ਦੇ ਕਹਿਣ ਤੇ, ਬੰਟੀ ਇਹ ਸਾਰਾ ਕੁਝ ਕਰਵਾ ਰਿਹਾ ਆ, ਇਸ ਕੋਈ ਪਹਿਲਾਂ ਦੀ ਇਹਨਾਂ ਦੀ ਰੰਜਿਸ਼ ਚੱਲਦੀ ਆ, ਬੰਟੀ ਇਹ ਮੇਰਾ ਦੇ ਰਿਹਾ, ਅਮਰੀਕਾ ਦੇ ਵਿੱਚ ਰਹਿ ਰਿਹਾ ਆ। ਇਹ ਜਿਹੜਾ ਹਰਦੀਪ ਕੁਮਾਰ ਆ, ਜਿਹੜਾ ਹਰਦੀਪ ਕੁਮਾਰ ਆ ਨਾ, ਇਹ ਬੰਟੀ ਦਾ ਬੰਦਾ ਆ ਜਿਹਨੇ ਬਿਆਨ ਦਿੱਤੇ ਆ ਨਾ ਵੀ ਮੇਰੇ ਨਾਲ ਇਹ ਪਵਨ ਨੇ ਸਾਰਾ ਕੁਝ ਕਰਵਾਇਆ, ਪਵਨ ਨੇ ਕਤਲ ਕੀਤਾ ਆ, ਜਸਵੀਰ ਨੇ ਕਤਲ ਕੀਤਾ ਆ, ਇਹ ਬੰਟੀ ਦੇ ਕਹਿਣ ਤੇ ਉਹ ਬਿਆਨ ਦੇ ਰਿਹਾ ਆ। ਇਹ ਸਾਡੀ ਕੋਠੀ, ਹਾਂਜੀ ਸਾਡੇ ਦਾਦਾ ਜੀ ਸੀਗੇ, ਮੇਰੇ ਦਾਦਾ ਸਹੁਰਾ, ਉਹ ਜਿਹੜੀ ਇਹ ਦੋਨਾਂ ਪੋਤਿਆਂ ਦੇ ਨਾਂ ਜਾਇਦਾਦ ਕਰ ਗਏ ਸੀਗੇ ਆਪਣੀ, ਉਹ ਇਸ ਟਾਈਮ ਸਾਡਾ ਕੇਸ ਚੱਲ ਰਿਹਾ ਆ ਕੋਰਟ ਦੇ ਵਿੱਚ, ਉਹ ਇਹਦੇ ਬਾਪ ਸਾਡੇ ਸਹੁਰੇ ਨਾਲ ਚੱਲ ਰਿਹਾ, ਇਹਦਾ ਉਹਦੇ ਵਿੱਚ ਕੋਈ ਰੌਲਾ ਦੇਲਾ ਨਹੀਂ ਹੈਗਾ। ਜਿਹੜਾ ਮਰਡਰ ਹੋਇਆ ਉਹਦਾ ਕਾਰਨ ਕੀ ਹੋਇਆ, ਕਿਹਨੇ ਮਾਰਿਆ, ਕੀ ਲੱਗਦਾ? ਉਹ ਸਾਡਾ ਉਸ ਬੰਦੇ ਨਾਲ ਕੋਈ ਲੈਣ ਦੇਣ ਨਾ ਸੀ, ਉਸ ਬੰਦੇ ਨੂੰ ਜਾਣਦੇ ਵੀ ਕੌਣ ਹੈਗਾ ਕਿੱਦਾਂ ਆ ਹਨਾ। ਇਹ ਤਾਂ ਮੇਰਾ ਜੇਠ ਆਪਣੇ ਪਸ਼ੂ ਵਾਲੇ ਲੈਣ ਗਿਆ ਆ ਪੱਠੇ, ਤੇ ਜਦ ਇਹ ਰੇੜਾ ਲੈ ਕੇ ਆਉਂਦੇ ਆ, ਦੋ ਮੋਟਰਸਾਈਕਲਾਂ ਤੇ ਕੋਈ ਇਹਦੇ ਦੇ ਵਿੱਚ ਮੋਟਰਸਾਈਕਲ ਮਾਰ ਰਹੇ ਆ, ਤੇ ਉਹਦੇ ਜਦ ਇਹਨੇ ਦੇਖਿਆ ਮੇਰੇ ਤੇ ਦੁਬਾਰਾ ਹਮਲਾ ਹੋਣ ਲੱਗਾ ਆ, ਤੇ ਫਿਰ ਇਹ ਮੋਟਰਸਾਈਕਲ ਛੱਡ ਕੇ ਨੱਠ ਗਿਆ ਆ। ਪਹਿਲਾਂ ਸਾਡੇ ਤੇ ਹਮਲਾ ਹੋਇਆ ਸੀ ਕੋਈ 3 ਤਰੀਕ ਦੇ ਕਰੀਬ, 3 ਦਸੰਬਰ ਨੂੰ ਸਾਡੇ ਤੇ ਹਮਲਾ ਹੋਇਆ ਪਹਿਲਾਂ, ਉਦੋਂ ਵੀ ਅਸੀਂ ਆਪਣੀ ਜਾਨ ਬਚਾਈ, ਘਰੋਂ 15-20 ਦਿਨ ਨੱਠੇ ਭੱਜੇ ਰਹੇ, ਸਾਡੀ ਕਿਤੇ ਸੁਣਵਾਈ ਨਹੀਂ ਹੋਈ, ਇਹਨਾਂ ਤੇ ਪਰਚੇ ਹੋਏ ਆ। ਅੱਜ ਤੁਸੀਂ ਡੀਐਸਪੀ ਨੂੰ ਮਿਲੇ, ਉਹਨਾਂ ਕੀ ਕਿਹਾ ਤੁਹਾਨੂੰ? ਉਹਨਾਂ ਨੇ ਸਾਨੂੰ ਇਹੀ ਤਸੱਲੀ ਤੇ ਦਵਾਈ ਆ ਵੀ ਜੋ ਇਨਸਾਫ ਤੁਹਾਡੇ ਨਾਲ ਹੋਊਗਾ, ਪਰ ਪਹਿਲਾਂ ਸਾਡੇ ਨਾਲ ਕੋਈ ਇਨਸਾਫ ਨਹੀਂ ਹੋਇਆ, ਅਸੀਂ ਸਾਰੀ ਜਗ੍ਹਾ ਜਾ ਕੇ ਦੇਖ ਲਿਆ, ਇਹਨਾਂ ਬੰਦਿਆਂ ਤੇ ਪਰਚੇ ਵੀ ਦਰਜ ਹੋਏ ਹੋਏ, ਪਹਿਲਾਂ ਕੇਸ ਪਿਆ ਨਾ ਤੇ 5 ਤਰੀਕ ਦੇ ਪਰਚੇ ਹੋਏ ਸੀਗੇ 5 ਦਸੰਬਰ ਦੇ, ਉਦੋਂ ਵੀ ਨਹੀਂ ਆ ਕੇ ਸਾਡੇ ਘਰ ਭੰਨ ਤੋੜ ਕਰਾਈ, ਬੰਟੀ ਨਾਲ ਸੀਗਾ, ਤੇ ਇਹ ਉਸੇ ਰੰਜਿਸ਼ ਨੂੰ ਲੈ ਕੇ ਕੱਲ ਮੇਰੇ ਜੇਠ ਦੀ ਜ਼ਮਾਨਤ ਹੋਣੀ ਸੀਗੀ, ਇਹਨੇ ਇਸ ਫੇਸ ਸਾਡੇ ਤੇ ਝੂਠਾ, ਉਹਦਾ ਵੀ ਝੂਠਾ ਪਵਾਤਾ ਸੀਗਾ, ਕੱਲ ਮੇਰੇ ਜੇਠ ਦੀ ਜ਼ਮਾਨਤ ਹੋਣੀ ਸੀ, ਇਹਨੀ ਜ਼ਮਾਨਤ ਹੋਣ ਰੋਕਣ ਦੀ ਖਾਤਰ ਇਹਨੇ ਦੁਬਾਰਾ ਸਾਡੇ ਨਾਲ ਇਹ ਪੰਗਾ ਕੀਤਾ। ਅਸੀਂ ਇਹੀ ਕਹਿੰਦੇ ਆ ਪਲੀਜ਼ ਇਸ ਕੇਸ ਨੂੰ ਜੋ ਵੀ ਸਾਡੇ ਮੇਰੇ ਜੇਠ ਤੇ ਜਾਂ ਮੇਰੇ ਘਰ ਵਾਲੇ ਤੇ ਕੇਸ ਲੱਗਾ, ਇਹਨੂੰ ਕੋਈ ਵੀ ਕਿਸੇ ਤਰ੍ਹਾਂ ਵੀ ਜਿੰਨੀ ਵੀ ਬਰੀਕੀ ਨਾਲ ਲੈ ਹੁੰਦਾ ਲੈ ਕੇ ਸਾਰੀ ਇਹਦੀ ਜਾਂਚ ਪੜਤਾਲ ਕਰੋ, ਇਹਦੀ ਇਨਕੁਆਰੀ ਪਵਾਓ ਸਾਰੇ ਤਰ੍ਹਾਂ, ਜੋ ਸੱਚ ਆ ਉਹਦਾ ਦੇਖੋ ਇਨਸਾਫ ਕਰੋ, ਸਾਨੂੰ ਪਹਿਲਾਂ ਵੀ ਨੀ ਕੋਈ ਇਨਸਾਫ ਮਿਲਿਆ, ਸਾਨੂੰ ਹੁਣ ਤਾਂ ਇਨਸਾਫ ਦਵਾਓ, ਹੁਣ ਤਾਂ ਇੱਥੇ ਤੱਕ ਗੱਲ ਪਹੁੰਚ ਗਈ ਆ, ਸਾਡੇ ਸਿਰ ਕਤਲ ਦੇ ਕੇਸ ਪੈਣ ਲੱਗ ਪਏ ਹੁਣ ਤਾਂ। ਉਹ ਜਦ ਕੇ ਕਹਿ ਰਹੇ ਸੀ ਸਾਨੂੰ ਇਹਨਾਂ ਕੰਮਾਂ ਚ ਅਸੀਂ ਰੱਖਣ ਆਇਆ, ਸਾਨੂੰ ਉਸੇ ਕੰਮ ਚ ਉਹਨੇ ਫਸਾਇਆ, ਇਸ ਕਰਕੇ ਪਲੀਜ਼ ਸਾਡੀ ਬੇਨਤੀ ਆ ਸਾਨੂੰ ਇਨਸਾਫ ਦਵਾਓ, ਮੇਰੇ ਇੱਥੇ ਇਨਕੁਆਰੀ ਪੂਰੀ ਤਰ੍ਹਾਂ ਕਰੋ, ਇਸ ਕੇਸ ਦੀ ਜਾਂਚ ਪੜਤਾਲ ਕਰੋ, ਬਗਾਨਾ ਪੁੱਤ ਮਾਰਿਆ ਉਹਦੇ ਬਾਰੇ ਦੇਖੋ ਵੀ ਕੌਣ ਕਤਲ ਕਰਦਾ ਆ, ਕਿੱਦਾਂ ਆ ਕੇਸ ਦੇਖੋ। ਹਾਂਜੀ, ਕੀ ਨਾਮ ਆਪਣਾ ਜੀ? ਮੇਰਾ ਨਾਮ ਸੁਖਵਿੰਦਰ ਕੌਰ ਆ, ਪਿੰਡ ਮੇਰਾ ਭਾਰ ਸਿੰਘਪੁਰਾ। ਮੈਡਮ ਜੀ, ਮੇਰਾ ਘਰ ਵਾਲਾ ਪੱਠੇ ਲੈ ਕੇ ਆ ਰਿਹਾ ਸੀਗਾ, ਪਿੱਛੇ 3 ਬੰਦੇ ਆਏ ਮੋਹਰਿਓ, ਮੇਰੇ ਘਰ ਵਾਲੇ ਨਾਲ ਜਸਵੀਰ ਕੁਮਾਰ ਆ, ਹਾਂਜੀ ਮੋਹਰੇ 3 ਬੰਦੇ ਆਏ ਆ ਜੀ, ਤੇ ਉਹਨਾਂ ਨੇ ਆਉਂਦਿਆਂ ਨੇ ਇਹਨਾਂ ਦੇ ਰਕਸ਼ੇ ਦੇ ਵਿੱਚ ਮੋਟਰਸਾਈਕਲ ਮਾਰਿਆ ਆਪਣਾ, ਤੇ ਇਹ ਮੇਰੇ ਘਰ ਵਾਲਾ ਉੱਥੇ ਇਹਨਾਂ ਦੇ ਦਾਤ ਵੀ ਮਾਰਿਆ, ਇਹ ਉੱਥੇ ਡਿੱਗ ਪਏ, ਤੇ ਜਿਹੜੇ 3 ਬੰਦੇ ਸੀ ਇਹ ਜਾਨ ਬਚਾਉਂਦੇ ਮੇਰੇ ਜਸਵੀਰ ਕੁਮਾਰ ਜਿਹੜੇ ਘਰ ਵਾਲੇ ਆ, ਨਹੀਂ ਇਹ ਲਾਡੀ ਨੂੰ ਜਾਣਦੇ ਆ, 2 ਬੰਦੇ ਮਤਲਬ ਪਛਾਣ ਨਹੀਂ ਹੋਏ, ਤਾਂ ਜਦੋਂ ਇਹਨਾਂ ਦੇ ਮਾਰਿਆ ਦਾਤ ਤੇ ਇਹ ਉੱਠ ਕੇ ਨੱਠੇ ਆ ਜੀ ਖੇਤੋ ਖੇਤੀ, ਤੇ 3 ਬੰਦੇ ਉਹ ਮਗਰ ਹੀ ਇਹਨਾਂ ਦੇ ਭੱਜੇ ਆ, ਉਹਨਾਂ ਦੇ ਹੱਥਾਂ ਵਿੱਚ ਹਥਿਆਰ ਸੀਗੇ। ਮਾਰਨ ਦਾ ਕਾਰਨ ਕੀ ਹੋਇਆ? ਜਿਹੜਾ ਇਹ ਜਸਵੀਰ ਤੇ ਹਮਲਾ ਤੁਸੀਂ ਕਹਿੰਦੇ ਹੋ ਸਾਡੇ ਘਰ ਵਾਲੇ ਤੇ ਹਮਲਾ ਕੀਤਾ, ਉਹ ਮੁੰਡਿਆਂ ਨੇ ਕਿਉਂ ਕੀਤਾ ਹਮਲਾ? ਇਹ ਸਾਰੇ ਪਹਿਲਾਂ ਤੋਂ ਮਤਲਬ ਪਹਿਲਾਂ ਵੀ ਸਾਡੇ ਘਰ ਦਾ ਮਤਲਬ ਮਸਲਾ ਆ ਇਹ, ਵੀ ਇਹਨਾਂ ਨੇ ਪਹਿਲਾਂ ਕੋਠੀ ਤੇ ਵੀ ਹਮਲਾ ਕੀਤਾ, ਇਹ ਆਪਣੇ ਕਾਰਨ ਕੀ, ਕੋਠੀ ਦਾ ਕੀ ਮਸਲਾ, ਉਹ ਵੀ ਜਾਣਕਾਰੀ ਦੇ ਦਿਓ ਮੁੰਡਿਆਂ। ਇਹ ਜਾਣਕਾਰੀ ਹੈ ਜੀ, ਸਾਡਾ ਕੇਸ ਚੱਲਦਾ ਆ,
ਸਾਡੇ ਸਹੁਰੇ ਸਾਹਿਬ ਨਾਲ, ਇਹ ਮੁੰਡੇ ਦਾ ਸਾਡੇ ਨਾਲ ਕੋਈ ਤਾਲੁਕ ਨਹੀਂ ਹੈਗਾ, ਜਿਹੜਾ ਸਾਡਾ ਦੇਰ ਹੈ ਨਾ ਗੁਰਵਿੰਦਰ ਕੁਮਾਰ, ਇਹਨਾਂ ਸਾਡਾ ਕੋਈ ਤਾਲੁਕ ਨਹੀਂ ਹੈਗਾ, ਸਿਰਫ ਸਾਡੇ ਸਹੁਰੇ ਨਾਲ ਕੇਸ ਚੱਲ ਰਿਹਾ ਆ, ਇਹ ਤਾਂ ਬਸ ਸਾਨੂੰ ਧਮਕੀਆਂ ਦੇ ਰਿਹਾ ਵੀ ਤੁਸੀਂ ਇੱਥੋਂ ਨਿਕਲ ਜਾਓ ਕਿਸੇ ਤਰ੍ਹਾਂ। ਤੁਹਾਡੇ ਘਰ ਵਾਲੇ ਦੇ ਇਲਜ਼ਾਮ ਲੱਗ ਰਿਹਾ ਵੀ ਉਹਨੇ ਇੱਕ ਕਤਲ ਕੀਤਾ, ਇਹ ਸਰ ਝੂਠਿਆ, ਇਹ ਝੂਠਾ ਇਲਜ਼ਾਮ ਉਹਨਾਂ ਤੇ ਲਾ ਰਹੇ ਆ ਤੇ ਇਹ ਸਭ। ਤੁਹਾਡੇ ਹਸਬੰਡ ਕਿੱਥੇ ਸੀ ਜਦੋਂ ਇਹ ਰਕਸ਼ੇ ਤੇ ਆ ਰਹੇ ਸੀ ਨਾ ਪੱਠੇ ਲੈ ਕੇ, ਤੇ ਇਹ ਮੋਹਰੇ ਇਕੱਲੇ ਸੀਗੇ? ਇਕੱਲੇ ਹੀ ਸੀ ਹਾਂਜੀ। ਕੀ ਮੰਗ ਕਰਦੇ ਹੋ? ਮੰਗ ਅਸੀਂ ਤਾਂ ਸਰ ਇਨਸਾਫ ਚਾਹੁੰਦੇ ਹਾਂ, ਸਾਨੂੰ ਪਹਿਲਾਂ ਵੀ ਇਨਸਾਫ ਨਹੀਂ ਮਿਲਿਆ, ਦੇਖੋ ਇਹ ਦੂਜਾ ਹਮਲਾ, ਇਹ ਲਾਡੀ ਨੇ ਮਤਲਬ ਦੂਜਾ ਹਮਲਾ ਕਰਤਾ ਪਹਿਲਾਂ। ਹਾਂਜੀ ਪਹਿਲਾਂ ਮੇਰਾ ਪ੍ਰਸ਼ਾਸਨ ਨੇ ਪਹਿਲਾਂ ਤੁਹਾਨੂੰ ਕੀ ਭਰੋਸਾ ਕੀ ਦਿੱਤਾ, ਤੁਹਾਨੂੰ ਇਨਸਾਫ ਮਿਲਿਆ ਭਰੋਸਾ? ਨਹੀਂ ਸਾਨੂੰ ਕੋਈ ਇਨਸਾਫ ਨਹੀਂ ਮਿਲਿਆ ਸਰ, ਇਹਨਾਂ ਦਾ ਦੰਦ ਵੀ ਤੋੜਿਆ, ਇਹਨਾਂ ਦੇ ਸਿਰ 'ਚ ਵੀ ਇਸ ਮੁੰਡੇ ਨੇ ਲਾਡੀ ਨੇ ਮਾਰਿਆ, ਇਹ ਤੀਜਾ ਹਮਲਾ ਹੈ ਸਰ ਸਾਡੇ ਤੇ। ਅਸੀਂ ਜਲੰਧਰ ਵੀ ਜਾ ਚੁੱਕੇ, ਸਾਰੇ ਪਾਸੇ ਜਾ ਚੁੱਕੇ ਹਾਂ, ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਜੇ ਪੁਲਿਸ ਇਸ ਨੂੰ ਲੈ ਕੇ ਕੋਈ ਐਕਸ਼ਨ ਲਵੇ, ਜੇ ਪਹਿਲੇ ਹੀ ਹਮਲਾ ਕੀਤਾ ਸੀ ਤਾਂ ਪੁਲਿਸ ਐਕਸ਼ਨ ਲੈਂਦੀ, ਸਾਨੂੰ ਅੱਜ ਆ ਦੇਣ ਨਹੀਂ ਸੀ ਦੇਖਣਾ ਪੈਣਾ। ਇਹ ਪੁਲਿਸ ਦੀ ਹੈ ਨਾ, ਕਾਨੂੰਨ ਨੇ ਜੋ ਕੁਝ ਵੀ ਕੀਤਾ ਸਾਡੇ ਖਿਲਾਫ, ਜੋ ਸਾਨੂੰ ਉਹਨੂੰ ਮਾਰੀ ਜਾਂਦੇ ਆ, ਉਹਨਾਂ ਬੰਦਿਆਂ ਨੂੰ ਕੋਈ ਅਰੈਸਟ ਨਹੀਂ ਪਈ, ਉਹਨਾਂ ਤੇ ਸਾਰੀਆਂ ਧਰਾਵਾਂ ਵੀ ਲੱਗੀਆਂ, ਹਾਂਜੀ ਉਹਨਾਂ ਤੇ ਪਰਚੇ ਪਰ ਕੋਈ ਅਰੈਸਟ ਨਹੀਂ ਹੋ ਰਿਹਾ, ਪਰਚੇ ਹੋਏ ਕਿਸੇ ਇੱਕ ਬੰਦੇ ਨੂੰ ਵੀ ਅਰੈਸਟ ਨਹੀਂ ਕੀਤਾ ਉਹਨਾਂ ਬੰਦਿਆਂ ਤੋਂ। ਉਸ ਬੰਦੇ ਘਰ ਆ ਕੇ ਸਾਡੇ ਤਿੰਨ ਤਿੰਨ ਚਾਰ ਚਾਰ ਵਾਰ ਹਮਲੇ ਕਰਦੇ, ਹਾਂਜੀ ਸੀਸੀਟੀ ਕੈਮ ਦੀ ਫੋਟੋ ਵੀ, ਹਾਂਜੀ ਸਾਰਾ ਕੁਝ ਆ ਸਾਡੇ ਕੋਲ, ਕਾਨੂੰਨ ਨੂੰ ਦੇ ਇੰਨੇ ਵੀ ਹੈਗੇ ਸਾਰਿਆਂ ਨੂੰ ਦੇ ਰਹੇ ਹਾਂ, ਪੁਲਿਸ ਮਹਿਕਮੇ ਨੂੰ ਦੇ ਰਹੇ, ਪਰ ਸਾਡੀ ਕੋਈ ਵੀ ਕਿਸੇ ਤਰ੍ਹਾਂ ਦੀ ਇੱਥੇ ਸੁਣਵਾਈ ਨਹੀਂ ਹੋ ਰਹੀ। ਕੀ ਹੈ ਕਿ ਮੇਰੇ ਕੋਲ ਬੰਦਾ ਪੈਸੇ ਕਰਕੇ ਨਹੀਂ ਹੋ ਰਹੀ। ਹਾਂਜੀ ਸਰ, ਇੱਕ ਮਰਡਰ ਹੋਇਆ ਸੀ, ਉਹਦਾ ਕਾਰਨ ਕੀ ਆ, ਕੀ ਲੱਗਦਾ? ਇਹ ਜੀ ਇੱਕ ਪੁਰਾਣੀ ਰੰਜਿਸ਼ ਸੀਗੀ ਨਾ, ਆਪਸੀ ਰੰਜਿਸ਼ ਕਰਕੇ ਝਗੜਾ ਹੋਇਆ ਸੀਗਾ। ਉਸ ਝਗੜੇ ਦੇ ਨਾਲ ਮਾਨਵ ਨਾਂ ਦਾ ਲੜਕਾ ਇੱਕ ਉਹਦੀ ਮਰਡਰ ਹੋ ਗਿਆ ਸੀਗਾ। ਉਸ ਸਬੰਧ ਦੇ ਵਿੱਚ ਅਸੀਂ 13 ਨੰਬਰ FIR ਦਰਜ ਕੀਤੀ, 302-120 BI ਵਿੱਚ IPC 'ਚ, ਔਰ ਉਸ ਵਿੱਚ ਅਸੀਂ 4 ਦੋਸ਼ੀ ਗ੍ਰਿਫਤਾਰ ਕੀਤੇ ਆ, ਔਰ ਚਾਰਾਂ ਨੂੰ ਅਸੀਂ ਅੱਜ ਪੇਸ਼ ਅਦਾਲਤ ਕਰਕੇ 2 ਦਿਨ ਦੇ ਰਿਮਾਂਡ ਤੇ ਸਾਡੇ ਕੋਲ ਨੇ। ਦੋਸ਼ੀ ਇੱਕ ਹਰਦੀਪ ਸਿੰਘ ਹੈ ਜੀ, ਇੱਕ ਅਮਿਤ ਕੁਮਾਰ, ਔਰ ਦੂਸਰਾ ਜਸਵੀਰ, ਤੀਸਰਾ ਤੇ ਪਵਨ ਕੁਮਾਰ। 4 ਦੋਸ਼ੀ ਟੋਟਲ ਹਾਲੇ ਤੱਕ ਅਸੀਂ ਅਰੈਸਟ ਕੀਤੇ ਜੀ। ਇਸ ਕੇਸ ਦਾ ਕੰਮ ਕੀ ਕੱਲ ਕੀਤਾ? ਇਹਨਾਂ ਦੀ ਆਪਸੀ ਪੁਰਾਣੀ ਰੰਜਿਸ਼ ਸੀਗੀ ਜੀ। ਕੀ ਰਿਮਾਂਡ ਲਿਆ? 2 ਦਿਨ ਦਾ ਰਿਮਾਂਡ ਹੈ ਸਾਡੇ ਕੋਲ।